ਦੋਸਤੋ ਮੰਗਲ ਹਠੂਰ ਵੱਲੋਂ ਸਤਿ ਸ਼੍ਰੀ ਅਕਾਲ। 15 ਅਗਸਤ ਆਜ਼ਾਦੀ ਦਾ ਦਿਨ, ਸੋ ਇਸ ਆਜ਼ਾਦੀ ਨੂੰ ਲੈਣ ਲਈ ਪੰਜਾਬੀਆਂ ਨੇ ਕੀ ਦਿੱਤਾ, ਕੀ ਕੁਰਬਾਨੀਆਂ ਦਿੱਤੀਆਂ ਅਤੇ ਪੰਜਾਬੀਆਂ ਨੂੰ ਬਦਲੇ 'ਚ ਕੀ ਮਿਲਿਆ, ਕੁਝ ਐਸੀਆਂ ਹੀ ਗੱਲਾਂ ਮੈਂ ਅੱਜ ਕਰਨ ਲੱਗਿਆ ਇਸ ਗੀਤ ਰਾਹੀਂ। ਅਤੇ ਉਮੀਦ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ। ਸੁਣਿਓ ਜੀ। ਮਾੜਿਆਂ ਲਈ ਹੱਥ ਕੜੀ ਬਣੀ ਜੋ ਤੇ ਤਕੜਿਆਂ ਦੇ ਹੱਥ ਦੀ ਚਾਬੀ, ਜਾਨਾਂ ਤਕੜੀ ਦੇ ਵਿੱਚ ਰੱਖੀਆਂ ਜਿਹੜੇ ਦਿਨ ਇਹ ਲਈ ਆਜ਼ਾਦੀ, ਕਿੰਨੇ ਨਾ ਲੱਭੇ ਕਿੰਨੇ ਗਏ ਦੱਬੇ, ਕਿੰਨੇ ਫਾਂਸੀ ਤੇ ਚੜੇ ਕਿੰਨੇ ਗੋਲੀਆਂ ਦੇ ਨਾਲ ਵਿੰਨੇ ਸੀ, ਗਿਣਿਓ ਪੰਜਾਬੀ ਗਿਣਿਓ ਪੰਜਾਬੀ, ਕਿੰਨੇ ਸੀ ਗਿਣਿਓ ਪੰਜਾਬੀ ਗਿਣਿਓ ਪੰਜਾਬੀ, ਕਿੰਨੇ ਸੀ। ਕੁਰਸੀਆਂ ਉੱਤੇ ਬਹਿ ਕੇ ਭੁੱਲ ਗਏ ਸਾਡੇ ਗਦਰੀ ਬਾਬੇ, ਅੱਜ ਵੀ ਕਹਿਣ ਸ਼ਹੀਦ ਨਹੀਂ ਹਨ ਸਾਡੇ ਭਗਤ ਸਰਾਬੇ, ਟਾਈਆਂ ਲਾ ਕੇ ਫਾਂਸੀਆਂ ਪਾ ਕੇ ਗੀਤ ਆਜ਼ਾਦੀ ਵਾਲੇ ਕਹਿੰਦੇ, ਘੋੜੀਆਂ ਤੋਂ ਰਸ ਪਿੰਨੇ ਸੀ, ਗਿਣਿਓ ਪੰਜਾਬੀ ਗਿਣਿਓ ਪੰਜਾਬੀ, ਕਿੰਨੇ ਸੀ ਗਿਣਿਓ ਪੰਜਾਬੀ ਗਿਣਿਓ ਪੰਜਾਬੀ, ਕਿੰਨੇ ਸੀ। ਕਿੰਨੇ ਹੱਕ ਲਈ ਲੜ ਕੇ ਮਰ ਗਏ ਜਦੋਂ ਘਰਾਂ ਚੋਂ ਕੱਢੇ, ਕਿੰਨੇ ਧੀਆਂ ਪੁੱਤਰ ਮਾਪਿਆਂ ਸਾਹਮਣੇ ਕਰ ਕਰ ਵੱਡੇ, ਲੜੀ ਲੜਾਈ ਇੱਜ਼ਤ ਬਚਾਈ, ਲੜਨਾ ਮਰਨਾ ਡਰਨਾ ਸਾਰਿਆਂ ਅੱਗੇ ਰਸਤੇ ਤਿੰਨੇ ਸੀ, ਗਿਣਿਓ ਪੰਜਾਬੀ ਗਿਣਿਓ ਪੰਜਾਬੀ, ਕਿੰਨੇ ਸੀ ਗਿਣਿਓ ਪੰਜਾਬੀ ਗਿਣਿਓ ਪੰਜਾਬੀ, ਕਿੰਨੇ ਸੀ। ਲਾਲਚ ਵਾਲੀਆਂ ਬੁਰਕੀਆਂ ਪਿੱਛੇ ਕਿੰਨਿਆਂ ਨੂੰ ਫੜਵਾਤਾ, ਸਾਡੇ ਵਿੱਚ ਫੁੱਟ ਪਾਉਣ ਵਾਸਤੇ ਕਿੰਨਿਆਂ ਨੂੰ ਲੜਵਾਤਾ, ਬੁਰੇ ਗਦਾਰਾਂ ਤੇ ਸਰਕਾਰਾਂ ਕਰਕੇ ਗਰਮ ਕੜਾਹੇ ਧੋਖਿਆਂ ਵਾਲੇ ਅਣਖੀ ਦਿੰਦੇ ਸੀ, ਗਿਣਿਓ ਪੰਜਾਬੀ ਗਿਣਿਓ ਪੰਜਾਬੀ, ਕਿੰਨੇ ਸੀ ਗਿਣਿਓ ਪੰਜਾਬੀ ਕਿੰਨੇ ਸੀ। ਮੰਗਲਾ ਸਾਡੇ ਚਾਰ ਸਫੇਰੇ ਮੌਤ ਦਾ ਬਾਰਡਰ ਰਹਿੰਦਾ, ਛੇਤੀ ਕਰ ਦਿਓ ਘਰਾਂ ਨੂੰ ਖਾਲੀ ਇਹੋ ਹੀ ਆਡਰ ਰਹਿੰਦਾ, ਅਸੀਂ ਕੀ ਖੱਟਿਆ ਪੰਜਾਬ ਗਿਆ ਪੱਟਿਆ, ਸਾਰੇ ਹੀ ਉਹ ਝੂਠੇ ਨਿਕਲੇ ਕੀਤੇ ਵਾਅਦੇ ਜਿੰਨੇ ਸੀ, ਗਿਣਿਓ ਪੰਜਾਬੀ ਗਿਣਿਓ ਪੰਜਾਬੀ, ਕਿੰਨੇ ਸੀ ਕਦੀ ਗਿਣਿਓ ਪੰਜਾਬੀ ਕਿੰਨੇ ਸੀ, ਓਏ ਕਦੀ ਗਿਣਿਓ ਪੰਜਾਬੀ ਕਿੰਨੇ ਸੀ। ਉਮੀਦ ਕਰਦਾ ਜੀ ਵੱਧ ਤੋਂ ਵੱਧ ਸ਼ੇਅਰ ਕਰੋਗੇ। ਸਤਿ ਸ਼੍ਰੀ ਅਕਾਲ।